ਗੁਰੂ ਕਹਿ ਰਹੇ ਹੋ, ਅਸੀਂ ਕਈ ਵਾਰੀ ਐਸੀ ਸੋਚ ਦੇ ਵਿੱਚ ਆ ਜਾਂਦੇ ਹਾਂ ਕਿ ਸਾਡੇ ਤੇ ਕਾਰੋਬਾਰ ਹੀ ਬਹੁਤ ਨੇ, ਸਾਨੂੰ ਤਾਂ ਸਮਾਂ ਹੀ ਨਹੀਂ ਮਿਲਦਾ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਸ਼ਨ ਕਰ ਰਹੇ ਨੇ, ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਜਿਨ੍ਹਾਂ ਦੇ ਇੰਨੇ ਔਖੇ ਕੰਮ ਸੀ ਬਾਬਾ ਰਵਿਦਾਸ ਜੀ ਵਰਗੇ, ਅੱਜ ਇਹਨਾਂ ਦਾ ਗੁਰਮੁਖਾਂ ਪਾਸੋਂ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ। ਬਾਬਾ ਨਾਮਦੇਵ ਜੀ, ਬਾਬਾ ਕਬੀਰ ਸਾਹਿਬ ਜੀ, ਬਾਬਾ ਧੰਨਾ, ਇੰਨੇ ਔਖੇ ਕੰਮ ਸੀਗੇ ਸੈਨ ਨਾਈ ਜੀ ਹੋਏ, ਜਿਹੜੇ ਲੋਕਾਂ ਦੀਆਂ ਪੁੱਟੀਆਂ ਕਰਦੇ ਸੀਗੇ, ਨਾਈ ਰਾਜੇ ਦੀ ਨੌਕਰੀ ਵੀ ਕਰਦੇ ਸੀ ਨਾਲ, ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ। ਕਹਿੰਦੇ ਗੋਬਿੰਦ 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 ਸੰਗ ਨਾਮ ਲਿਓ ਮਨ ਲੀਆਂ, ਜਿਹਨਾਂ ਨੇ ਉਹਦਾ ਨਾਮ ਨੂੰ ਵਸਾ ਲਿਆ ਮਨ ਦੇ ਵਿੱਚ, ਨਾਲੇ ਕਿਰਤ ਵੀ ਕਰਨੀ ਹੈ, ਕੰਮ ਵੀ ਕਰਨਾ ਹੈ। ਕਹਿੰਦੇ ਆਹ ਦਮ ਉਹ ਸ਼ਿਕਰੋ ਹੋਇਓ ਦੱਖੀਆਂ, ਉਹਨਾਂ ਤੰਨਾ ਤਿਆਗ ਕੇ ਪ੍ਰੀਤ ਚੰਦ ਵਗੀਰਾ ਨੀਚ ਛੋਲਾ ਦੇ ਬਾਹਰ ਹੁਣੀ ਵਗੀਰਾ ਰਵਿਦਾਸ ਧੋਂਦਾ ਢੋਲ ਨੀਤ ਚੰਦ ਤਿਆਗੀ ਮਾਇਆ। ਇਹ ਮਾਇਆ ਸਾਡੇ ਫੌਸ ਨੇ ਫੁਰਨੇ ਨੇ, ਇਹ ਉਹਨਾਂ ਨੇ ਜਪ ਕੇ ਗੁਰਮੰਤਰ ਨੂੰ ਖਤਮ ਕਰ ਲਿਆ। ਪ੍ਰਗਟ ਹੋਆ ਸਾਹਿਬ ਸੰਗ ਦਰਸ਼ਨ ਪਾਇਆ, ਸਹਿਣ ਲਾਈ ਉਤਕਾਰੀ ਆ, ਉਹ ਘਰ ਘਰ ਸੋਇਆ, ਹਿਰਦੇ ਵਸਿਆ, ਪਾਤਰਾਂ ਭਗਤਾਂ ਮੈਂ ਗਿਣਿਆ, ਇਹ ਵਿੱਚ ਸੁਣ ਕੇ ਜਾਗਰ ਦੇ ਉਤਪਾ ਕੀ ਲਾ। ਇਹ ਗੁਰਮੁਖਾਂ ਵੇਖ ਰੰਗਤ ਆਉਂਦੀ ਹੈ, ਜੈ ਪੁਸ਼ੋ ਸੁਹਾਗਣੀ ਸ਼ਿਕਾਰ ਆ ਜਿਹਨੀ ਹੋਈ, ਸਹਿਣ ਸੰਤੋਖ ਸ਼ਿਕਾਰੀ ਨਾ ਮਿੱਠਾ ਬੋਲਣੀ, ਮਿੱਠਾ ਕੀ ਹੈ, ਮਿੱਠ ਬੋਲਣਾ ਜੀ ਮੇਰਾ ਸੱਜਣ ਸਵਾਮੀ ਹੋ, ਉਹ ਹੈ ਵਾਹਿਗੁਰੂ। ਇਸ ਤਰ੍ਹਾਂ ਫਿਰ ਉਹਨਾਂ ਨੇ ਜਦੋਂ ਕਮਾਈ ਕੀਤੀ, ਇਹ ਬਿਲ ਸੁਣ ਕੇ ਜਾਗਰ ਹੋ ਕੇ ਧਰਤੀ ਰਾਜਾ ਮੇਰੇ ਭਗਤਾਂ ਦੇ ਗੁਸਾਈਆਂ ਧਰਨਾ ਵੱਲ ਪਾ ਲਿਆ। ਉਹ ਸਾਨੂੰ ਇਹ ਉਦਾਹਰਣਾਂ ਦਿੱਤੀਆਂ ਤਾਂ ਨੇ ਕਿ ਤੁਸੀਂ ਵੀ ਕਿਰਤ ਕਰਦੇ ਹੋ, ਕਰਮ ਕਰਦੇ ਹੋ, ਤਾਂ ਨਾਮ ਦੇ ਨਾਲ ਧਰਮ ਨੂੰ ਉਹਨਾਂ ਨੇ ਭੁੱਲ ਜਾਏ। ਇਸ ਕਰਕੇ ਅਸੀਂ ਜਦੋਂ ਇੱਥੇ ਆਉਂਦੇ ਹਾਂ ਸਤਿਗੁਰਾਂ ਦੇ ਸਕੂਲ, ਉਦੋਂ ਫਿਰ ਅਸੀਂ ਇਸ ਨੁਆਇੰ ਐਜੂਕੇਸ਼ਨ ਨੂੰ ਸੀਰੀਅਸਲੀ ਲੈਂਦੇ ਹਾਂ, ਫਿਰ ਉਸਨੂੰ ਖੋਜਦੇ ਹਾਂ ਗੁਰਮੁਖ ਹੋਵੇ ਸੋ ਕਾਇਆ ਤੁਰੇ, ਕਿਉਂਕਿ ਗੁਰਬਾਣੀ ਸਾਡੀ ਕਾਇਆ ਦੀ ਖੋਜ ਹੈ। ਪਰ ਇਹਨਾਂ ਗੁਰਬਾਣੀ ਦੀ ਖੋਜ ਕਰਨੀ ਪਵੇਗੀ, ਸਾਨੂੰ ਬੜੇ ਧਿਆਨ ਨਾਲ ਪੜ੍ਹਨਾ ਪਵੇਗਾ। ਉਹਨੂੰ ਕਹਿੰਦੇ ਨੇ ਬਾਣੀ ਬਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਦੀ ਨਿਰਚਾਰ ਵਾਸਾ ਹੋਏ। ਅਤੇ ਜਦੋਂ ਅਸੀਂ ਇਸ ਤਰ੍ਹਾਂ ਹੋ ਗਏ ਨਾ ਕਮਲੇ, ਕਿ ਬਾਬਾ ਫਰੀਦ ਜੀ ਨੇ ਕਬੀਰ ਸਾਹਿਬ ਨੇ ਦੱਸਣਾ ਸ਼ੁਰੂ ਕੀਤਾ, ਜਦੋਂ ਉਹਨਾਂ ਨੇ ਪ੍ਰਾਪਤੀ ਕਰ ਲਈ, ਉਹ ਆਪਣਾ ਘਰ ਲੱਭ ਲਿਆ, ਹੈ ਘਰ ਸਾਡੇ ਅੰਦਰ ਹੀ, ਜਿਹਨੂੰ ਪਦਮ ਕੋਠੜੀ ਗਿਆ ਜੀ, ਮਹਿਲ ਪੜ੍ਹ ਲਏ ਤੁਸੀਂ ਫਿਰ ਘਰ। ਕਬੀਰ ਸਾਹਿਬ ਨੇ ਸਾਰੀ ਦੁਨੀਆਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ, ਕਹਿੰਦੇ ਮੈਂ ਗੁਰੂਆਂ ਨੂੰ ਲੱਭ ਲਿਆ ਜੀ, ਕਹਿੰਦੇ ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ, ਗੁਰਦੀਨੀ ਬਸ ਕਬੀਰ ਕੋਲੇ ਹੋ ਬਸ ਕੁਮਾਰ, ਕਬੀਰ ਦੀ ਸੰਸਾਰ। ਉਹਨਾਂ ਨੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਸ ਤਰ੍ਹਾਂ ਮੈਂ ਆਪਣਾ ਘਰ ਲੱਭ ਲਿਆ, ਅਤੇ ਤੁਸੀਂ ਕਿਉਂਕਿ ਡਿਊਟੀ ਲੱਗ ਜਾਂਦੀ ਹੈ ਗੁਰੂ ਖਾਲੀ ਕਰੇ, ਜਾਂ ਨਾਨਕ ਧੂੜ ਮੰਗੇ ਕਿਸ ਗੁਰਸੇ ਕੀ, ਜੋ ਆਪ ਜਪੇ ਡਿਊਟੀਆਂ ਲੱਗਦੀਆਂ ਨੇ, ਭਾਵੇਂ ਅਸੀਂ ਨਹੀਂ ਨਿਭਾ ਰਹੇ ਇਸ ਡਿਊਟੀ ਨੂੰ, ਪਰ ਉਹ ਕਬੀਰ ਸਾਹਿਬ ਨੇ ਨਿਭਾਈ। ਜਦ ਉਹਨਾਂ ਨੇ ਦੱਸਿਆ ਕਿ ਜੇ ਹੁਣ ਮੈਨੂੰ ਪਤਾ ਲੱਗ ਗਿਆ, ਬਾਬੇ ਨਾਮਦੇਵ ਜੀ ਨੇ ਕਿਹਾ ਸੀਗਾ, ਕੋਈ ਕਹੇ ਨਿਰਵਾ ਕੋਈ ਬੋਲੇ ਦੂਰ ਜਲ ਗਈ ਮਛਲ, ਕਹਿੰਦੇ ਤੁਸੀਂ ਮਛਲੀ ਨੂੰ ਹਜ਼ੂਰ ਤੇ ਚੜ੍ਹਾ ਰਹੇ ਹੋ, ਕਾਹੇ ਵਿੱਚ ਪਾਗ ਲਾਇਓ, ਜਿਹਨਾਂ ਨਾਲ ਪਾਇਓ ਜਿਹਨੇ ਛਪਾਇਓ, ਜਿਹਦੇ ਤੇ ਤੁਸੀਂ ਪਾ ਲਿਆ ਤਾਂ ਛਪਾ ਕੇ ਨਾ ਬੱਚੇ ਦੱਸੋ ਲੋਕਾਂ ਨੂੰ ਜਾ ਕੇ। ਪਰ ਉਹ ਨਹੀਂ ਮੰਨਦੇ, ਚਲੋ ਜਿਹੜੇ ਗਿਆਨੀ ਹੁੰਦੇ ਨੇ ਪੰਡਿਤ, ਉਹ ਨਹੀਂ ਮੰਨਦੇ। ਉਹਨਾਂ ਨੇ ਕਿਹਾ ਸੀ ਜਿਹਦੇ ਪੰਡਿਤ ਹੋਏ ਕਿ ਵੇਦ ਵਿਖਾਣੇ ਮੂਰਖ ਨਾਮ ਦਿਓ, ਮੈਨੂੰ ਭੇਦ ਲੈ ਜਾ, ਮੈਨੂੰ ਦੇਵਤਾ ਦੇ ਦਾਰੇ ਭੇਦ, ਮੈਂ ਅਰਦਾਸਾਂ ਬੇਨਤੀਆਂ ਕਰਕੇ ਕਮਾਈ ਕੀਤੀ ਹੈ। ਇਸ ਕਰਕੇ ਕਬੀਰ ਸਾਹਿਬ ਨੇ ਫਿਰ ਦੱਸਣਾ ਸ਼ੁਰੂ ਕੀਤਾ, ਕਬੀਰ ਬੜਾ ਸੁੰਦਰ ਵਰਤਨ ਕਰਦੇ ਨੇ, ਇਸ ਸਰੀਰ ਅੱਜ ਦਾ ਸਾਹਮਣੇ ਸੱਚ ਨਾਲ ਲਿਆ ਜਿਹਨੂੰ
ਕਹਿ ਰਹੇ ਸੀ ਗੁਰੂ ਹੋਣੀ ਇਹ ਉਦਾਸ ਹਾਸਪੇ ਵਿਹੜੇ ਵਿੱਚ ਆਪਾਂ ਸਵਾਸ ਲੈ ਰਹੇ ਹਾਂ, ਇਹ ਸਾਡਾ ਪਿਤਾ ਹਾਸਪੇ ਵਿਹੜੇ ਜਿਹਦੇ ਕੋਠੜਾ ਹੈ ਉਹਦੇ ਚਾਰ ਆਪਾਂ ਸਾਰੀਆਂ ਕੋਠੜੀਆਂ ਇਹਦੇ ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ ਇਹਦੇ ਵਿੱਚੋਂ ਨਿੱਜ ਮੈਂ ਲੱਭੋ ਕਿਤੇ ਬੋਲੀ ਬਸ ਕਬੀਰ ਕੋ ਦੇ ਹੋ ਬਸ ਮਾਰ ਕਬੀਰ ਦੀ ਸੰਸਾਰ ਕੋ ਦੀਨੀ ਰਿਸਮਸਤਾ ਪਰ ਬਹੁਤ ਘੱਟ ਗੁਰਮੁਖਾਂ ਨੇ ਉਹਨਾਂ ਕੋਲ ਲਿਆ ਸੀ ਉਪਦੇਸ਼ ਕਿਉਂਕਿ ਸਾਧੂਆਂ ਵੱਲ ਕੋਈ ਜਾਣ ਨੂੰ ਤਿਆਰ ਨਹੀਂ ਹੈ ਇਹ ਸੁਣਦੇ ਤਿਆਰ ਨਹੀਂ ਸਭ ਉਹਨਾਂ ਨੇ ਸਮਝਿਆ ਕਿ ਕਮਲਾ ਹੈ ਕਮਲੇ ਆਪ ਸੀ ਦਿਨ ਨਾਮੇ ਜਾ ਕੇ ਕਮਲਾ ਫਿਰ ਪਰ ਤੁਸੀਂ ਪੰਜਾਬੀ ਦੇਖੋ ਕਿਤੇ ਮੈਂਟਲ ਹੋਸਪਿਟਲ ਦੇ ਲਿਆਉਣ ਤੱਕ ਮਿਲਦੇ ਸਮਾਂ ਬਹੁਤ ਕਮਲੇ ਹੁੰਦੇ ਨੇ ਉੱਥੇ ਜਿਹੜੇ ਮੈਂਟਲੀ ਅਪਸੈਟ ਹੁੰਦੇ ਜਦੋਂ ਉਹਨਾਂ ਦਾ ਦਾਮ ਲੱਗਦਾ ਡਾਕਟਰ ਨੂੰ ਫੜ ਲੈਂਦੇ ਨੇ ਫੜ ਕੇ ਉਸਨੂੰ ਸਟੈਪ ਹੋ ਰਹੇ ਨੇ ਉਹਨੂੰ ਚੈੱਕ ਕਰਦੇ ਨੇ ਇਹ ਕਮਲ ਹੈ ਕਬੀਰ ਸਾਹਿਬ ਨੂੰ ਵੀ ਕਮਲਿਆਂ ਨੇ ਫੜ ਕੇ ਢਾ ਲਿਆ ਬੰਨ ਲਿਆ ਜੰਜੀਰਾਂ ਨਾਲ ਬੰਨ ਕੇ ਇਹਨਾਂ ਦਾ ਕਮਲਿਆਂ ਨੇ ਗੰਗਾ ਛੁੱਟ ਦਿੱਤਾ ਪਰ ਜਿਹੜਾ ਪਿਤਾ ਭੇਜਦਾ ਨਾ ਉਹ ਫਿਰ ਬਚਾਉਂਦਾ ਵੀ ਆ ਵੀ ਹੈ ਪੈਰ ਵੀ ਆ ਵੀ ਰੱਖਦਾ ਕਬੀਰ ਸਾਹਿਬ ਨੂੰ ਬਚਾਇਆ ਫਿਰ ਬਾਬਾ ਨਾਮਦੇਵ ਜੀ ਨਾਲ ਵੀ ਇਸ ਤੋਂ ਪਹਿਲਾਂ ਹੋਇਆ ਇਸੇ ਤਰ੍ਹਾਂ ਬਾਬਾ ਨਾਮ ਜੀ ਜੋ ਕਮਲਿਆਂ ਨੇ ਫੜ ਕੇ ਹਾਥੀ ਦੇ ਕੇ ਪਾ ਦਿੱਤਾ ਫਿਰ ਉਸ ਪਿਤਾ ਨੂੰ ਫਿਕਰ ਪੈ ਗਿਆ ਕਿ ਹੁਣ ਕੀ ਕੀਤਾ ਜਾਵੇ ਭਗਤਾਂ ਨੇ ਜਦੋਂ ਵੀ ਮੇਰੇ ਕਮਲੇ ਜਾਦੇ ਹੋ ਗਏ ਉਹਨਾਂ ਨੇ ਫਿਰ ਗੁਰੂ ਨਾਨਕ ਸਾਹਿਬ ਨੂੰ ਥਾਪਿਆ ਜਿਨ ਕੋ ਸਤਗੁਰ ਥਾਪਿਆ ਤਿੰਨ ਮੇਟ ਨਾ ਸਕੇ ਗੋਏ ਉਹਨਾਂ ਅੰਦਰ ਨਾਮ ਦੇ ਨਾਮ ਹੈ ਨਾਮੋ ਭਗਤ ਹੋਏ ਗੁਰੂ ਕਹਿੰਦੇ ਹੋ ਭਗਤ ਦੇ ਵਿੱਚ ਤੇ ਸਤਗੁਰ ਚ ਫਰਕ ਇਹ ਹੈ ਬੇਟਰੀ ਜਸਨ ਕਰਦੇ ਦੇ ਨੇ ਗਈ ਸਤਗੁਰ ਜਿਹੜਾ ਹੈ ਧੁਰੋਂ ਲਿਖਿਆ ਹੁੰਦਾ ਹੈ ਧੁਰੋਂ ਬਖਸ਼ਿਆ ਹੁੰਦਾ ਹੈ ਜਿਸੇ ਨਵਾਜੇ ਗੁਰਮੁਖ ਸਾਜੇ ਗੁਰਮੁਖ ਕੱਲ ਵਿੱਚ ਆਇਆ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਗੁਰਮੁਖ ਉਹਨਾਂ ਆਪ ਸਾਜੇ ਭੇਜਿਆ ਜਿਸੇ ਨਵਾਜੇ ਗੁਰਮੁਖ ਸਾਜੇ ਨਾਮ ਵਸੇ ਤਿਸਨਾ ਨਵਾਜੇ ਇਸ ਹੀ ਸੁਖ ਕਿਸੇ ਹੀ ਠਕੁਰਾਈ ਕਿਸੇ ਨਾ ਆਵੇ ਜਨਮ ਮੇਰਾ ਗੁਰੂ ਨਾਨਕ ਸਾਹਿਬ ਦਾ ਜਨਮ ਜਿਹੜਾ ਮੰਨਦਾ ਸੀ ਉਹ ਸੱਚ ਦੀ ਮੁਖੀ ਆਵਾਜ਼ ਜਿਸ ਨੂੰ ਮਨ ਨਾਲ ਗਿਆ ਹੈ ਸਹਿਜ ਧੁਲ ਗਿਆ ਹੈ ਉਸਨੇ ਵੀ ਜੋ ਪਿਤਾ ਜੀ ਨੇ ਗਾਦੀ ਭੇਜਿਆ ਸੀ ਜਿਨ ਕੋ ਸਤਗੁਰ ਥਾਪਿਆ ਤਿੰਨ ਮੇਟ ਨਾ ਸਕੇ ਕੋਏ ਉਹਨਾਂ ਅੰਗਦ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਤੇ ਆਮ ਬੰਦੇ ਦਾ ਜਿਹੜਾ ਮਨ ਦਾ ਜਨਮ ਹੈ ਉਹ ਭਗਤ ਬਣ ਸਕਦਾ ਹੈ ਉਹਦੇ ਮਨ ਦਾ ਜਨਮ ਪੰਜਾਂ ਤੱਤਾਂ ਨੂੰ ਲਾ ਕੇ ਪ੍ਰਕਾਸ਼ ਰੂਪੀ ਨੇ ਆ ਇਹ ਮਨ ਕਰਮ ਇਹ ਮਨ ਧਰਮ ਇਹ ਮਨ ਪੰਜ ਤੱਤ ਦੇ ਜਨਮਾਂ ਦੇ ਉਹ ਸਤਗੁਰ ਵੀ ਹੋ ਸਕਦਾ ਉਹ ਗੁਰਮੁਖ ਵੀ ਬਣ ਸਕਦਾ ਆਪਾਂ ਜਨਮਾਂ ਨਹੀਂ ਕਰੋ ਕਿਤੇ ਸਾਬਤ ਲੋਕੀ ਇਹ ਮਨ ਪੂਰਾ ਗੁਰਮੁਖ ਨਾਮ ਦਿੱਤੇ ਮਨ ਨੂੰ ਪਰ ਜਿਸ ਨੂੰ ਧਰੋਂ ਨਵਾਜਿਆ ਜੋ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਗੁਰੂ ਨਾਨਕ ਸਾਹਿਬ ਨੂੰ ਸਤਿਗੁਰੂ ਦਾ ਕਾਰ ਦੇ ਕੇ ਭੇਜਿਆ ਤੇ ਸਤਿਗੁਰੂ ਨੂੰ ਕੋਈ ਮਿਟਾ ਨਹੀਂ ਦੇ ਸਕਦਾ ਆਦਿ ਬੈਠੇ ਨੇ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਆਦਿ ਬੈਠੇ ਪਰ ਅਸੀਂ ਪਹਿਚਾਣ ਨਹੀਂ ਕਰਦੇ ਸਤਿਗੁਰੂ ਦੀ ਵਾਜਾ ਮਾਰਦੇ ਵੀ ਹੈ ਸਤਿਗੁਰੂ ਨਾਲ ਪਿਆਰ ਇਹ ਪਤਾ ਨਹੀਂ ਸਤਿਗੁਰੂ ਤੇ ਜਾਂਦੇ ਨਹੀਂ ਗੇ ਅੱਜ ਯੁੱਗ ਯੁੱਗ ਸਤਿਗੁਰਾਂ ਧਰੇ ਅਕਾਲੀ ਸਤਿਗੁਰ ਦੇ ਕੋਈ ਆ ਜਾਂਦੇ ਨੇ ਫਿਰ ਜਾਂਦੇ ਨਹੀਂ ਇਹ ਹੈ ਗੁਰੂ ਨਾਨਕ ਸਾਹਿਬ ਜੀ ਜਿਹਨਾਂ ਦਾ ਪ੍ਰਭਾਵ ਕਰ ਰਹੇ ਹਾਂ ਅਸੀਂ ਪਹਿਲਾਂ ਪਹਿਚਾਣ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਕਿੱਥੇ ਬੈਠੇ ਅਤੇ ਜਦੋਂ ਅਸੀਂ ਪਹਿਚਾਣ ਕਰ ਲਵਾਂਗੇ ਨਾ ਤਾਂ ਫਿਰ ਪਤਾ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਜੀ ਸਾਨੂੰ ਬੈਠੇ ਨੇ ਕਿ ਜੋ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਕਾਹਦੇ ਅੰਗਦ ਭਇਓ ਕਾਹਦੇ ਸਿਉ ਕਾਹਦ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਕਰ ਕੀਓ ਅਮਰਦਾਸ ਅਮਰਦ ਸ਼ਤਰ ਗੁਰ ਰਾਮਿਆ ਕੀਓ ਜੋਤ ਉਹ ਹਰ ਜੁਗ ਸਾਇ ਸੈ ਕਾਇਆ ਦੇ ਪ੍ਰਤੀ ਜੋਤ ਰੂਪ ਹਰ ਆਪ ਹਰ ਗਿਆ ਸਾਜਨ ਪਿਤਾ ਸਾਡਾ ਪ੍ਰਕਾਸ਼ ਹੈ ਉਸੇ ਹੀ ਦਾ ਰੂਪ ਗੁਰੂ ਨਾਨਕ ਸਾਹਿਬ ਜੀ ਆਏ
ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਫਿਰ ਸੱਚਖੰਡ ਜਾਣ ਤੋਂ ਪਹਿਲਾਂ ਉਹੀ ਜੋਤ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਜਾ ਰਹੀ ਸੀ, ਜਿੱਥੋਂ ਸੋਢੀਆਂ ਦੀ ਕਿਹੜੀ ਚੱਲ ਗਈ, ਪੰਜ ਪਿਆਰੇ ਪੰਜ ਵੀਰ ਆਪਣਾ ਈਸ਼ੋਰ ਦੇ ਸੁਣਾ ਰਹੇ ਆਪਾਂ। ਸ਼ਸ਼ਮ ਵੀਰ ਬੈਠਾ ਗੁਰ ਭਾਰੀ ਅੰਦਰ ਕਾਇਆ ਪਗੜੇ ਮੂਰਤ ਹਰਗੋਬਿੰਦ ਸਵਾਲ ਜੋਤ ਉਹ ਜੋਤ ਸਾਇੰਸ ਹੈ ਕਾਇਆ ਫਿਰ ਬਲਦੀ ਉਹੀ ਜੋਤ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਅੱਗੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਹਰ ਰਾਏ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜਦੋਂ ਵਿਸ਼ੇਸ਼ ਕਿਤਾ ਦੇ ਵਿੱਚ ਉਹੀ ਜੋਤ ਆਈ ਹੈ ਤੇ ਵਿਸ਼ੇਸ਼ ਕਿਤਾ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਪਰ ਇਸੇ ਤਰ੍ਹਾਂ ਸਤਿਗੁਰਾਂ ਦਾ ਪ੍ਰਕਾਸ਼ ਕੀਤਾ, ਜਿਵੇਂ ਤੁਸੀਂ ਆਸਾਦ ਸੰਗਤ ਅਸਥਾਨ ਬਣਾਇਆ ਨਾ, ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੁਲਤਾਨ ਸੁਹਾਵਾ, ਇਸੇ ਤਰ੍ਹਾਂ ਸਤਿਗੁਰਾਂ ਨੇ ਵਿਸ਼ੇਸ਼ ਕਿਤਾ ਜੀ ਨੇ ਇਸੇ ਤਰ੍ਹਾਂ ਬਹੁਤ ਵੱਡਾ ਸਿੱਖ ਸੰਗਤਾਂ ਦਾ ਇਕੱਠ ਬੁਲਾਇਆ, ਉਹਦੇ ਵਿੱਚ ਫਿਰ ਇਸੇ ਤਰ੍ਹਾਂ ਸਤਿਗੁਰਾਂ ਦਾ ਪ੍ਰਕਾਸ਼ ਕਰਕੇ ਪ੍ਰਕਰਮਾ ਕਰਕੇ ਫਿਰ ਮੱਥਾ ਟੇਕਿਆ ਅਕਾਲ ਪੁਰਖ ਨੂੰ ਆਗਿਆ ਲਈ ਅਤੇ ਸਾਨੂੰ ਇੱਕ ਹੁਕਮ ਕਰਕੇ ਗੁਰੂ ਪਿਆਰੇ ਜੀ ਅਸੀਂ ਇਸ ਹੁਕਮ ਨੂੰ ਸਮਝ ਰਹੀਏ ਨਾ, ਅਤੇ ਅੱਜ ਅਸੀਂ ਇਸੇ ਤਰ੍ਹਾਂ ਸਮਝਾ ਕੇ ਜਿਵੇਂ ਗੁਰੂ ਨਾਨਕ ਸਾਹਿਬ ਦੇ ਬੈਠੇ ਰਹੇ ਅਸੀਂ ਮੰਨਦੇ ਰਹੇ ਹਾਂ ਇੱਦਾਂ। ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਹੁਕਮ ਕੀਤਾ ਸੀ ਅਕਾਲ ਪੁਰਖ ਨੂੰ ਆਗਿਆ ਲਈ ਕਿਤੇ ਆ ਗਿਆ ਭਾਈ ਅਕਾਲ ਜੀ ਤਾਂ ਚਲਾਇਓ ਪੰਥ ਸਭ ਸਿੱਖਰ ਤੋਂ ਹੁਕਮ ਹੈ, ਉਹਨੂੰ ਸਾਰੀ ਦੁਨੀਆਂ ਨੂੰ ਸਿੱਖ ਗਿਆ ਸੀ ਗੁਰਬਾਣੀ ਗੁਰੂ ਇੱਕੋ ਪਾਸ ਤੋਂ ਲੈ ਕੇ ਅਠਾਰਾਂ ਪਾਸ ਅਸੀਂ ਉਸ ਪਿਤਾ ਦੇ ਨਾਲ ਵਿਛੜੇ ਕਿਵੇਂ ਤੇ ਹੁਣ ਅਸੀਂ ਸਵਾਸਾਂ ਦੇ ਹੁੰਦੇ ਹੁੰਦੇ ਹਾਂ ਕਿ ਕਿਵੇਂ ਮਾਫ ਕਰਨਾ ਹੈ ਮਾਰਦੇ ਸੀ ਮੁੰਡਾ ਬਾਬਾ ਬੁੱਢਾ ਸਾਹਿਬ
ਇੱਕ ਵਾਰੀ ਕਹਿ ਦੋ ਸਾਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ, ਧੰਨ ਧੰਨ ਬਾਬਾ ਬੁੱਢਾ ਸਾਹਿਬ। ਗੁਰੂ ਨਾਨਕ ਸਾਹਿਬ ਜੀ ਜਿਹਨਾਂ ਦਾ ਆਪਾਂ ਵਿਚਾਰਾਂ ਬੜੀਆਂ ਨੇ, ਜਿਹਨਾਂ ਦਾ ਪ੍ਰਕਾਸ਼ ਹਰਾ ਬੜੇ ਉਤਮ ਦੇ ਨਾਲ ਤੁਸੀਂ ਨਾ ਰਹੇ ਹੋ ਨਾ, ਉਹਨਾਂ ਦਾ ਜਿਹੜਾ ਸਭ ਤੋਂ ਛੋਟੀ ਉਮਰ ਦਾ ਸਿੱਖ ਸੀ ਨਾ ਪਹਿਲਾਂ, ਛੋਟੀ ਉਮਰ ਦਾ ਉਹ ਸਨ ਬਾਬਾ ਬੁੱਢਾ ਹੈ। ਔਰ 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਨੇ। ਜਨਮ ਤੋਂ ਬਾਅਦ ਕੱਚੂ ਲੰਗਰ ਹੈ, ਤੁਸੀਂ ਦੇਖਿਆ ਹੋਏਗਾ ਉੱਥੇ ਸਥਾਨ ਹੈ ਉਹਨਾਂ ਦਾ, ਜਨਮ ਸਥਾਨ ਗੁਰਦੁਆਰਾ ਬਹੁਤ ਸੁੰਦਰ ਬਣਿਆ ਹੈ। ਪਰ ਪਰਿਵਾਰ ਨੇ ਫਿਰ ਉੱਥੋਂ ਜ਼ਮੀਨ ਵੇਚ ਕੇ, ਪਰੇ ਰਮਦਾਸ ਜੋ ਨੇੜੇ ਰਾਵੀ ਪੈਂਦਾ ਹੈ, ਸਸਤੀ ਜ਼ਮੀਨ ਸੀ ਉਹ ਤੋਂ ਉਹਨਾਂ ਨੇ ਲੈ ਲਈ। ਅਤੇ ਪਰਿਵਾਰ ਸਹਿਤ ਫਿਰ 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਜੀ ਪਰਿਵਾਰ ਸਹਿਤ ਰਮਦਾਸ ਚਲੇ ਗਏ। ਅਤੇ ਉਸੇ ਹੀ ਸਮੇਂ ਗੁਰੂ ਨਾਨਕ ਸਾਹਿਬ ਜੀ ਰਾਵੀ ਤੋਂ ਪਾਰ, ਜਦੋਂ ਤਾਰਦੇ ਚਲਾਉਂਦੇ ਨੂੰ ਲਾਸਟ ਉਹਨਾਂ ਦੀ ਜਿਹੜੀ ਉਦਾਸੀ ਸੀ ਮੁਲਤਾਨ ਦੀ, ਉਹ ਕਰਕੇ ਫਿਰ ਉੱਥੇ ਆ ਰਹੇ ਸੀ, ਉਹ ਯਾਦ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ। ਜਿਹੜੀ ਕਿਹੜੇ ਸਵਾਈ ਜਿਹੜੇ ਸੀ ਕੱਲ ਨੇ ਗੁਰੂ ਨਾਨਕ ਨਾਮ ਨਹੀਂ ਪਾਇਆ, ਫਿਰ ਉਹਨਾਂ ਨੇ ਉੱਥੇ ਪੱਕਾ ਹੀ ਆਪਣਾ ਆਸਣ ਲਾ ਲਿਆ ਸੀ ਕਰਤਾਰਪੁਰੇ। ਅਤੇ ਉੱਥੋਂ ਫਿਰ ਗੁਰੂ ਨਾਨਕ ਸਾਹਿਬ ਜੀ ਜਾਂਦੇ ਰਹਿੰਦੇ ਸੀ ਆਸ ਪਾਸ ਨਗਰਾਂ ਦੇ ਵਿੱਚ ਸੰਗਤਾਂ ਨੂੰ ਕਾਲ ਵਾਸਤੇ। ਅਤੇ ਸੰਗਤਾਂ ਲੰਘਦੀਆਂ ਸੀ ਜਿੱਥੇ ਬਾਬਾ ਬੁੱਢਾ ਜੀ ਛੋਟੀ ਉਮਰ ਦੇ ਵਿੱਚ ਮੱਝਾਂ ਚਾਰਦੇ ਸੀ, ਉਹ ਸੰਗਤਾਂ ਲੰਘਦੀਆਂ ਸੀ ਅਤੇ ਬਾਬਾ ਜੀ ਮਨ ਦੇ ਵਿੱਚ, ਕਿਉਂਕਿ ਆਪਾਂ ਨੂੰ ਬਾਬਾ ਜੀ ਨੇ ਭਾਵੇਂ ਛੋਟੀ ਉਮਰ ਉਹਨਾਂ ਦੀ ਸੀ 12 ਸਾਲ ਦੀ, ਬਾਬਾ ਬੁੱਢਾ ਜੀ ਦੇ ਮਨ ਦੇ ਵਿੱਚ ਇਹ ਬੜਾ ਧਿਆਨ ਸੀ, ਗੁਰੂ ਨਾਨਕ ਸਾਹਿਬ ਦਾ ਨਾਂ ਸੁਣਿਆ ਸੀ ਉਹਨਾਂ ਨੇ। ਸੰਗਤਾਂ ਪੁੱਛਦੇ ਹੁੰਦੇ ਵੀ ਤੁਸੀਂ ਕਿੱਥੇ ਜਾ ਰਹੇ ਹੋ, ਅਤੇ ਉਹ ਕਹਿੰਦੇ ਸੀ ਜਾਂ ਦਰਿਆ ਤੋਂ ਪਾਰ ਸਤਿਗੁਰੂ ਬੈਠੇ ਨੇ, ਅਸੀਂ ਉਹਨਾਂ ਦੇ ਦਰਸ਼ਨ ਕਰਦੇ ਹਾਂ, ਜਿਹੜੇ ਉਹਨਾਂ ਦੇ ਦਰਸ਼ਨ ਕਰਦੇ ਨੇ ਉਹ ਬੜੇ ਨਿਹਾਲ ਹੋ ਜਾਂਦੇ ਨੇ। ਅਤੇ ਬਾਬਾ ਬੁੱਢਾ ਜੀ ਦੇ ਮਨ ਦੇ ਵਿੱਚ ਬੜੀ ਸ਼ਰਾਬ ਸੀ ਉਹਨਾਂ ਦੇ ਦਰਸ਼ਨ ਕਰ ਲਈ, ਅਤੇ ਬਸ ਵੀ ਹੋਣੀ ਚਾਹੀਦੀ ਹੈ ਸਾਡੇ, ਕਹਿੰਦੇ ਚਰਨ ਸ਼ਰਨ ਗੁਰੇ ਇੱਕ ਪੈਂਡਾ ਜਾਏ ਚਰਨ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਵੇਲ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਪਿੰਡ ਦਾ ਦੀਵਾਨ ਰੱਖ ਦਿੱਤਾ, ਕਿਉਂਕਿ ਸਾਰੇ ਪਿੰਡਾਂ ਦੇ ਦੀਵਾਨ ਆਉਂਦੇ ਸੀ। ਰਮਦਾਸ ਦੇ ਵਿੱਚ ਦੀਵਾਨ ਸਜਿਆ ਹੈ, ਬਾਬਾ ਬੁੱਢਾ ਜੀ ਛੋਟੀ ਉਮਰ ਦੇ ਵਿੱਚ ਪਰਿਵਾਰ ਸਮੇਤ ਆਏ ਨੇ, ਜਵਾਨ ਸਭ ਆਉਂਦੇ ਬੈਠੇ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਹਾਲ ਕੀਤਾ, ਸਿਮਰਨ ਨਾਮ ਕਰਾਇਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਆਪ ਭਾਵੇਂ ਉਹਨਾਂ ਨੂੰ ਬਦਲੀ ਕਰਨ ਦੀ ਲੋੜ ਨਹੀਂ ਸੀ, ਫਿਰ ਵੀ ਉਹਨਾਂ ਨੇ ਕੀਤੀ ਹੈ ਕਿ ਇਹ ਲੋਕਾਂ ਨੂੰ ਇਸ ਮਾਰਗ ਦੇ ਉੱਪਰ ਚੱਲਣ ਲਈ। ਤਾਂ ਹੀ ਸਾਨੂੰ ਗੁਰਬਾਣੀ ਦੱਸ ਰਹੇ ਨੇ, ਗੁਰਕੀ ਮੱਤ ਨੂੰ ਲੈ ਆਇਆ ਨੇ ਭਗਤ ਬਿਨਾਂ ਹੋਰ ਰੁਪਏ ਸਿਆਣੇ, ਵੀ ਗੁਰੂ ਨਾਨਕ ਦੇ ਘਰ ਨੇ ਸੌਖੀ ਭਗਤੀ ਦੱਸੀ ਹੈ ਸਾਨੂੰ, ਭਗਤੀ ਸਾਨੂੰ ਗੁਰੂ ਕਹਿ ਰਹੇ ਉਹ ਕਰਨੀ ਪੈਣੀ ਹੈ, ਪਰ ਉਹ ਭਗਤੀ ਨਹੀਂ ਹੈਗੀ ਜਿਹੜੀ ਭਗਤੀ ਦਾ ਅਸੀਂ ਆਪਣੇ ਇਮੇਜ ਬਣਾ ਲਿਆ ਕਿ ਸ਼ਾਇਦ ਘਰ ਬਾਹਰ ਛੱਡਣਾ ਪੈ ਜਾਏਗਾ ਸਾਨੂੰ, ਭਗਤੀ ਦੇ ਕੱਪੜੇ ਪਾਉਣੇ ਪੈ ਜਾਣਗੇ, ਉਹ ਭਗਤੀ ਗੁਰੂ ਨਾਨਕ ਦੇ ਘਰ ਦੀ ਨਹੀਂ ਹੈ। ਇਹ ਸਤਿਗੁਰ ਜੀ ਸਾਨੂੰ ਜੋ ਦੱਸ ਰਹੇ ਨੇ ਕਿ ਨਾਨਕ ਸਤਿਗੁਰ ਭੇਟੇ ਆ ਪੂਰੀ ਹੋਵੇ ਜੁਗਤ, ਹਸੰਦੇ ਆ ਤਰੰਦੇ ਆ ਪਹਿਨਦੇ ਆ ਖਾਂਦੇ ਆ ਵਿੱਚੇ ਹੋਵੇ ਮੁਕਤ। ਪਰ ਅਸੀਂ ਹੁਣ ਕੀ ਹੋ ਗਏ, ਸੜਕੇ ਤਾਂ ਉਹਨਾਂ ਨੇ ਲੱਗ ਗਏ ਖਾਣ ਪੀਣਾਂ ਲਈ, ਪਰ ਉਹ ਜਿਹੜਾ ਗੁਰੂ ਦਾ ਰੱਜ ਨੇ ਉਸਨੂੰ ਵੀ ਕਮਾਉਂਦੇ, ਕੇਵਲ ਹੱਸਣਾ ਸੌਣਾ ਸਾਡੀ ਗੁਰਬਾਣੀ ਚਾਹੁੰਦਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਨ। ਆ ਬਾਬਾ ਬੁੱਢਾ ਜੀ ਜਦੋਂ ਮੇਰੇ ਨਾ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲਾਂ ਵਜਰੇ ਕੋਈ ਕਿਹਾ ਸੀ, ਬਾਬਾ ਮਨ ਤੋਂ ਬੜਾ ਡਰ ਲੱਗਦਾ ਹੈ, ਇਹ ਜਪਣ ਮਨ ਕੀ ਹੈ, 7 ਸਵਾਲ ਕੀਤੇ ਸੀ ਪਹਿਲੇ ਦਿਨ ਗੁਰੂ ਨਾਨਕ ਸਾਹਿਬ ਜੀ ਨੂੰ, ਛੋਟੇ ਜਿਹੇ ਬੱਚੇ ਨੇ 12 ਸਾਲ ਦੀ ਉਮਰ, ਇਹਨਾਂ ਦੇ ਇਹੋ ਪੁੱਛਿਆ ਹੈ ਜੰਮਣ ਦੇ ਮਨ ਕੀ ਹੈ, ਉਹ ਸੱਚ ਕੀ ਹੈ, ਉਹਦਾ ਨਾਮ ਕੀ ਹੈ, ਮਾਇਆ ਕੀ ਹੈ।
ਫਿਰ ਉਹਨਾਂ ਪੁੱਛਿਆ ਕਿ ਵੇਖਾ ਮੇਰੀ ਮਾਤਾ ਕਹਿੰਦੇ ਮੈਨੂੰ ਨਾ ਰੂਪ ਰਾਹ ਦੀਆਂ ਕਹਾਣੀਆਂ ਸੁਣਾਉਂਦੀ ਹੈ ਮਾਤਾ, ਉਹਨਾਂ ਦੇ ਬੜੇ ਧਾਰਮਿਕ ਸੀ ਬਾਬਾ ਬੁੱਢਾ ਜੀ ਨੂੰ, ਪਿਤਾ ਦੇ ਬੜੇ ਗੁਰਮੁਖ ਸੀਗੇ ਕਿਉਂਕਿ ਇਹਨਾਂ ਗੁਰਮੁਖਾਂ ਦੇ ਘਰ ਚ ਐਸੇ ਗੁਰਮੁਖ ਸਿੱਖ ਆਉਂਦੇ ਨੇ, ਉਹ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਸਾਥੀਆਂ ਸੁਣਾਉਂਦੇ ਹੁੰਦੇ ਨੇ, ਅੱਜ ਆਪਣੇ ਬੱਚਿਆਂ ਨੂੰ ਵੀ ਲੋੜ ਹੈ ਸਾਨੂੰ, ਕਿਉਂਕਿ ਅਸੀਂ ਤਾਂ ਬੱਚੇ ਨੂੰ ਲੈ ਕੇ ਨਹੀਂ ਆਉਂਦੇ ਗੁਰੂ ਘਰ ਦੇ ਵਿੱਚ, ਦੱਸੋ ਫਿਰ ਕੌਣ ਆਇਆ ਕਰੇਗਾ ਆਪਣੇ ਤੋਂ ਬਾਅਦ। ਬੱਚਿਆਂ ਲਈ ਬਹੁਤ ਜ਼ਰੂਰੀ ਹੈ ਜੋ ਆ ਗੁਰਮੁਖ ਇੱਥੇ ਉਪਰਾਲਾ ਕਰਦੇ ਨੇ, ਗੁਰਮੁਖੀ ਪੰਜਾਬੀ ਪੜ੍ਹਾ ਰਹੇ ਨੇ ਉਹ ਵੀ, ਕਿਉਂਕਿ ਸਾਡਾ ਸਾਰਾ ਹੀ ਜੋ ਉਪਦੇਸ਼ ਹੈ ਗੁਰੂ ਨਾਨਕ ਦੇ ਘਰ ਦਾ ਗੁਰਮੁਖੀ ਦੇ ਵਿੱਚ ਹੈ, ਪੰਜਾਬੀ ਜਿਹਨੂੰ ਨਹੀਂ ਆਉਂਦੀ ਕੀ ਕਰਨਗੇ। ਇਸ ਕਰਕੇ ਬਹੁਤ ਜ਼ਰੂਰੀ ਹੈ ਸਾਨੂੰ ਸੋਚਣਾ ਪਵੇਗਾ ਕਿ ਬੱਚੇ ਜਿਹੜੇ ਸਾਡੇ ਨੇ ਉਹ ਸਾਡੀ ਕੌਮ ਦਾ ਧਨ ਹੈ, ਉਹਨਾਂ ਨੇ ਸਾਡੀ ਕੌਮ ਦੀ ਅਗਵਾਈ ਕਰਨੀ ਹੈ, ਤਾਂ ਜੇ ਬੱਚੇ ਨਾ ਆਏ ਤਾਂ ਫਿਰ ਆਪਾਂ ਨੂੰ ਜਿੰਨੀ ਸੋਚੀ ਸਾਨੂੰ ਮਿਲਦੀ ਹੈ ਹੈ ਹੀ। ਇਸ ਕਰਕੇ ਉਹ 12 ਸਾਲ ਦੇ ਬੱਚੇ ਨੂੰ ਜਦੋਂ ਉਹਨੇ 7 ਕੁਐਸਚਨ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ, ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕੋਈ ਬੱਚਾ ਨਹੀਂ ਹੈ, ਉੱਥੇ ਬੁੱਢਾ ਪਿਆ ਸੀ ਨਾਲ, ਉਹਦੇ ਬੁੱਢਾ ਬਜ਼ੁਰਗ ਹੀ ਹੈ, ਤੇਰੇ ਅੰਦਰ ਸਿਆਣਪ ਹੈ, ਉਹਦੇ ਬਾਬਾ ਹੈ। ਉਸੇ ਬਾਰੇ ਪੁੱਛਿਆ ਸੀ ਕਿ ਬਾਬਾ ਦੇਖਾ ਕੀ ਹੈ, ਕਿ ਮਾਤਾ ਜੀ ਜਿਹੜੇ ਤੁਹਾਡਾ ਵੇਖਾ ਹੋਣਾ, ਜਿਹੜੇ ਤੁਹਾਨੂੰ ਸਵਾਸ ਦਿੰਦੇ ਨੇ ਗੁਰੂ ਕਹਿ ਰਹੇ ਹੋ, ਕਿ ਜਿਹੜੇ ਆਪਾਂ ਸਵਾਸ ਕੱਟ ਰਹੇ ਹਾਂ ਕਿ ਮਾਤੇ ਦੇਖਾ ਹੋਣਾ ਹੈ, ਕਿਉਂਕਿ ਗਿਣਕੇ ਦਿੱਤੇ ਜਾਂਦੇ ਗਿਣ ਕੇ, ਇਹ ਹੀਰੇ ਰਤਨ ਨੇ, ਸਵਾਸਾਂ ਨੂੰ ਵੀ ਹੀਰੇ ਕਿਹਾ, ਇਹ ਬਨਿਆਲੀ ਹੀਰੇ ਤੇ ਮਿਲ ਜਾਂਦੇ ਨੇ, ਤਾਂ ਜਦੋਂ ਸਵਾਸ ਮੁੱਕ ਜਾਂਦੇ ਆ ਨਾ, ਫਿਰ ਸਾਰੀ ਜਾਇਦਾਦ ਆਪਣੀ ਦੁਨੀਆਂ ਦੀ ਇੱਕ ਬੰਦੇ ਰੱਖ ਕੇ ਇੱਕ ਸਵਾਸ ਨਹੀਂ ਮਿਲਦਾ, ਇੰਨਾ ਮਹਿੰਗਾ ਹੈ ਹੀਰਾ, ਸਮਝਾਇਆ ਕਰਮ ਕਮਾਉਣੇ ਦੋਸ਼ ਨਾ ਤਾਂ ਹੁਣ ਯੋਗ ਪਰਮੇਸ਼ਰ ਤੇ ਭੁੱਲੇ ਆਉਂਦੇ ਆਪਣ ਸਭੇ ਰੋਗ, ਫਿਰ ਮੈਂ ਕੌੜੇ ਹੋਏ ਗਏ ਜਿੱਧਰੇ ਮਾਇਆ ਹੋ ਗਏ, ਤੁਸੀਂ ਸਵਾਸ ਨਾਲ ਮਾਇਆ ਦੇ ਪਿੱਛੇ ਲਾਈ ਜਾਂਦੇ ਹੋ, ਇੱਕ ਦਿਨ ਖਤਮ ਹੋ ਜਾਣੇ ਆ, ਫਿਰ ਮਾਇਆ ਦੇ ਇੱਥੇ ਰਹਿ ਜਾਣੀ, ਇਹਦੀ ਕੌੜੀ ਹੋ ਜਾਣੀ ਹੈ, ਸਾਸ ਗਿਆ ਤਾਇਆ ਤਲ ਪਾਏ ਤਾਂ ਕਿ ਪਾਸੇ ਕੋਈ ਨਾ ਖਾਏ, ਇਹਦੇ ਕੀ ਵਰਤੋਂ ਕੇ ਜਿਹੜਾ ਇਕੱਠਾ ਕਰੀ ਜਾਂਦੇ ਹੋ, ਇਹਦੇ ਉਹਨਾਂ 'ਚ ਹੀ ਵਰਤ ਸਕਦੇ ਹਾਂ ਜਿਹਨਾਂ 'ਚ ਸਵਾਸ ਨੇ। ਇਸ ਕਰਕੇ ਸਾਨੂੰ ਹਰ ਇੱਕ ਬਾਣੀ ਜਿੱਥੋਂ ਅਸੀਂ ਪੜ੍ਹ ਲਓ, ਗੁਰਮਤਿ ਜੀਵਨ ਰਾਜ ਹੈ, ਕਿ ਗੁਰੂ ਦੀ ਮਤ ਲੈ ਕੇ ਅਸੀਂ ਇਸ ਜੀਵਨ ਨੂੰ ਕਿਵੇਂ ਜੀਵੀਏ, ਕਿ ਅਸੀਂ ਇੱਥੇ ਲੋਕ ਵੀ ਸੁਖੀ ਹੋ ਜਾਈਏ, ਪਰ ਲੋਕ 'ਚ ਵੀ ਉਹ ਫਿਰ ਕਿਤੇ ਨਾਮ ਨਾਲ ਲੱਗ ਜਾਓ, ਜਨ ਲਾਗਾ ਹਰੇ ਕੇ ਨਾਏ, ਬਾਬਾ ਬੁੱਢਾ ਜੀ ਉਹਨਾਂ ਨੇ ਨਾਮ ਨਾਲ ਲਾ ਦਿੱਤਾ ਸੀ, ਕਿਤੇ ਜਨ ਲਾਗਾ ਹਰੇ ਕੇ ਨਾਏ ਜਿਸਕੀ ਆਸ ਨਾ ਵਿਰਸੀ ਜਾਏ, ਸੇਵਕ ਤੋਂ ਸੇਵਾ ਬਣਾਈ, ਉਹਨਾਂ ਹੁਕਮ ਦੇ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੇ, ਵਾਹਿਗੁਰੂ ਗੁਰਮੰਦਰ ਦਿੱਤਾ ਸੀ ਅਤੇ ਨਾਮਤ ਕਹਿੰਦੇ ਸੀ ਉਸ ਸਮੇਂ, ਕਿਤੇ ਹੁਕਮ ਬੂਝ ਪਰਮ ਪਦ ਪਾਈ, ਇਸ ਦੇ ਉੱਪਰ ਨਹੀਂ ਵਿਚਾਰ ਜਾਂਦੇ ਮਨ ਵਸਿਆ, ਜਦੋਂ ਤੁਹਾਡੇ ਵਾਹਿਗੁਰੂ ਮਨ 'ਚ ਵਸਿਆ ਤਾਂ ਸਮਝੋ ਪਿਤਾ ਵਸਿਆ, ਕਿਤੇ ਬੰਧਨ ਤੋਰ ਭੈ ਨਿਰਵੈ, ਅੱਜ 84 ਲੱਖ ਬੰਧਨ ਨੇ ਸਾਡੇ, ਬੰਧਨ ਤੋਰ ਭੈ ਨਿਰਵੈ, ਬੰਧਨ ਪੂਜੇ ਗੁਰ ਕੇ ਪੈਰੇ, ਲੋਕ ਸੁਖੀਏ ਪਰ ਲੋਕ ਸੇਵੇ ਨਾਨਕ ਆਦਮ, ਇਹ ਹੈ ਹੁਕਮ, ਇੱਕੋ ਨਾਮ ਹੁਕਮ ਹੈ ਨਾਨਕ ਸਭ ਨੂੰ ਲਿਆ ਬਜਾਏ ਜੀਓ, ਇਹ ਹੁਕਮ ਦੇ ਵਿੱਚ ਆ ਜਾਈਏ ਨਾ ਅਸੀਂ, ਅਤੇ ਫਿਰ ਸਾਨੂੰ ਕਹਿੰਦੇ ਤੁਸੀਂ ਇਹ ਵੱਡੇ ਵੱਡੇ ਬਿਜ਼ਨਸ ਵੀ ਕਰੋ, ਤੁਸੀਂ ਵੱਡੀਆਂ ਵੱਡੀਆਂ ਗੱਡੀਆਂ 'ਚ ਰਹੋ, ਪਰ ਤੁਸੀਂ ਇਹ ਆਪ ਲਿਖੋ
ਜੇ ਤੂੰ ਅਟਲ ਲਤੀਫ ਕਾਹੇ ਵੇਖਣਾ ਦੇਖ, ਜਦੋਂ ਅਸੀਂ ਆਪ ਰਹਿੰਦੇ ਨਾ ਸਾਨੂੰ ਪਤਾ ਦੇਖਣਾ ਹੋਣਾ ਹੈ। ਬੜਾ ਪਿਆਰਾ ਸ਼ਬਦ ਸੀ ਰਾਜ ਗੁਰੂ ਨਾਨਕ ਸਾਹਿਬ ਜੀ ਨੇ ਬੋਲਿਆ ਸੀ ਬਾਬਾ ਬੁੱਢੇ ਜੀ, ਇਹਦੇ ਲੇਖਾ ਬੋਲਣ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਬਾਤ ਚਲਾਈਏ, ਲੇਖੇ ਸੁਣ ਵੇਖਾਓ, ਇਹਦੇ ਹਰ ਇੱਕ ਐਕਟੀਵਿਟੀ ਤੁਹਾਡੀ ਲੇਖੇ ਅੱਜ ਤੱਕ ਬੁੱਕ ਲਿਖੀ ਜਾ ਰਹੇ ਨੇ। ਤੁਸੀਂ ਕੀ ਬੋਲਿਆ ਉਹ ਲਿਖਿਆ ਗਿਆ, ਕਿਉਂਕਿ ਜਦੋਂ ਸਵੇਰੇ ਗੁਰੂ ਪਿਆਰੇ ਅਸੀਂ ਉੱਠਦੇ ਹਾਂ ਨਾ ਸਾਡਾ ਲੇਖਾ ਬੋਲਣਾ ਸ਼ੁਰੂ ਹੁੰਦਾ ਹੈ। ਇਸ ਕਰਕੇ ਬੋਲਣਾ ਕੀ ਹੈ, ਸਵੇਰੇ ਗੁਰੂ ਸਤਿਗੁਰੂ ਦਾ ਜੋ ਸੇਖਾ ਸਾਹਿਬ ਤੋਂ ਭਾਲ ਕੇ ਉੱਠਣਾ ਹੈ, ਵਾਹਿਗੁਰੂ ਬੋਲਣਾ, ਕਿਉਂਕਿ ਲੇਖਾ ਸ਼ੁਰੂ ਹੋ ਜਾਣਾ। ਅਸੀਂ ਕੀ ਬੋਲਦੇ ਹਾਂ, ਉਹ ਘਰ ਵਾਲੀ ਸਾਹ ਲੈ ਆਈ ਸਾਡੇ ਉੱਥੇ, ਤਾਂ ਇੱਦਾਂ ਚੱਲਦਾ ਗਿਆ ਇੱਥੇ ਪਤਾ ਨਹੀਂ ਕਿਵੇਂ, ਇੱਥੇ ਥੋੜ੍ਹੇ ਜਿਹੇ ਡਰ ਜਾਂਦੇ ਨੇ, ਉਹ ਚਾਹ ਲੈ ਕੇ ਆਈ ਤਾਂ ਮਿੱਠਾ ਜ਼ਿਆਦਾ ਸੀ, ਉਹ ਕੋਈ ਗੱਲ ਨਾ ਰੋਜ਼ ਚਾਹ ਤੂੰ ਲੈ ਕੇ ਆਉਣੀ ਤਾਂ ਮੈਂ ਮੈਂ ਕਿਹਾ ਨਾ ਮਿੱਠਾ ਨਹੀਂ ਮਿਲਦਾ, ਪਰ ਬੋਲਣੇ ਵੀ ਡਰ ਸੀ, ਸਾਡਾ ਲੇਖਾ ਸ਼ੁਰੂ ਹੋ ਗਿਆ। ਇਹ ਸ਼ਬਦ ਦੀ ਜਦੋਂ ਅਸੀਂ ਜੋੜ ਮਾਰਦੇ ਹਾਂ ਨਾ ਕਿ ਸਾਡੇ ਅੰਦਰ ਚਾਰ ਅੱਗਾਂ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹਦੇ ਭਵੇਂ ਨਦੇ ਨਾਨਕਾ ਧਰੀਏ ਚਰਨੀ ਲੱਗ, ਚਰਨ ਨੇ ਵਾਹਿਗੁਰੂ। ਅਤੇ ਜੇ ਅਸੀਂ ਪੈ ਗਏ ਉਹਨੇ ਸ਼ਬਦ ਦੀ ਜੋੜ ਮਾਰੀ, ਇਹ ਕੌਣ ਸੀ ਮਾਰ ਦਿੱਤੀ, ਲੜਾਈ ਹੋ ਗਈ। ਫਿਰ ਅਸੀਂ ਨਾ ਆਪਣੀ ਕਿਰਤ 'ਤੇ ਚੱਲ ਗਏ, ਉੱਥੇ ਵੀ ਬੋਲੇ ਗਲਤ, ਉੱਥੇ ਵੀ ਲੜਾਈ ਸ਼ੁਰੂ ਹੋ ਗਈ। ਇਸ ਕਰਕੇ ਇਹ ਸਾਗਰ ਸੰਸਾਰ ਹੈ, ਅਗਨ ਸਾਗਰ ਹੈ, ਅਗਨ ਪਟੰਭ ਸਾਗਰ ਸੰਸਾਰ, ਇਹ ਪਰਿਵਾਰ ਵੀ ਅਗਨ ਹੈ, ਇਹ ਸੰਸਾਰ ਵੀ ਅਗਨ ਹੈ। ਇਹ ਅਗਨ ਨੂੰ ਅਸੀਂ ਨਾਮ ਦੇ ਨਾਲ, ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆ ਦੇ ਅਗਨ ਵਧਾਏ, ਸਾਰੀ ਦੁਨੀਆਂ ਦੇ ਵਿੱਚ ਇਹਦੇ ਜੀਤੀ ਨੌ ਖੰਡ ਪ੍ਰਿਥਵੀ ਸਤ ਨਾਮ ਦਾ ਚੱਕਰ ਕਰਾਇਆ, ਨੌ ਖੰਡ ਪ੍ਰਿਥਵੀ ਦੇ ਵਿੱਚ ਉਹ ਗਏ ਨੇ ਔਰ ਉਹਨਾਂ ਨੂੰ ਨਾਮ ਦੇ ਨਾਲ ਜੋੜ ਦਿੱਤਾ, ਜਿਹੜੇ ਆਪਸ ਦੇ ਵਿੱਚ ਲੜਦੇ ਸੀ ਉਹ ਇੱਕ ਕਰਨੇ ਲੋ ਮੇਰੇ ਭਾਈ, ਦੁੱਖ ਦਾ ਦੂਰ ਕਰੋ, ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਰਹਿ ਸੋ ਸੋਫਾ ਵਿਛਾਏ, ਅਜੇ ਵਿਛਾ ਕੇ ਬੈਠੇ ਨੂੰ ਸੋਫਾ ਕਹਿੰਦੇ ਨੇ। ਇਹਨੇ ਇਨਕਤ ਪਾਸਾ ਢਾਲ ਲਓ ਵੀਰ, ਗੁਰਮੁਖ ਨਾਮ ਭੋਗਣ ਰਾਤੀ ਅੰਧਕਾਰ ਨਾ ਲਾਵੇ ਵੀਰ। ਇਹਦੇ ਜੇ ਤੁਸੀਂ ਇਸ ਤਰ੍ਹਾਂ ਲਿਖਣ ਲੱਗ ਪਓ ਤੁਹਾਨੂੰ ਜੇ ਲੋਕ ਵੀ ਸੁਖੀ ਹੋ ਜਾਏਗਾ, ਤੁਹਾਨੂੰ ਅੰਤ ਕੰਮ ਸਮੇਂ ਜੰਮ ਵੀ ਕੁਛ ਨਹੀਂ ਕਹਿਣਗੇ। ਇਸ ਕਰਕੇ ਮੈਂ ਦੱਸਿਆ ਸੀ ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਬਾਤ ਲਾਈਏ, ਲੇਖੇ ਸੁਣ ਬੈਠਾਓ। ਬੋਲਣਾ ਕੀ ਹੈ, ਜਿੱਤ ਬੋਲਿਆ ਪੱਤ ਪਾਈਏ, ਸੋ ਬੋਲਿਆ ਪਰਮਾਨ, ਫਿੱਟਾ ਬੋਲ ਗੁਜਰਾਂ ਸੋ ਸੁਣ ਮੂਰਤ ਮਨ ਅਜਾਣ, ਨਾਨਕ ਫਿੱਕੇ ਬੋਲਿਆ ਤਬ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਦੀਏ, ਫਿੱਕੋ ਫਿੱਕੀ ਸੋਏ, ਫਿੱਕਾ ਦਰਗੇ ਸਦੀਏ, ਮੂੰਹ ਫੁੱਕਾਂ ਫਿੱਕੇ ਪਾਏ, ਫਿੱਕਾ ਮੂਰਖਾ ਪੀਏ, ਪਾਣਾ ਲੈ ਸਜਾਏ। ਇਹ ਬੋਲਣਾ ਲੇਖੇ ਬੋਲਣ ਬੋਲਣ। ਇਸ ਕਰਕੇ ਸਾਨੂੰ ਦੱਸਿਆ ਸੀ ਕਿ ਤੁਸੀਂ ਖਾਣਾ ਕੀ ਹੈ, ਇਤਿਹਾਸਿਕ ਅੱਜ ਜੀਵਨ ਦਾ ਸਾਨੂੰ ਗੁਰੂ ਨਾਨਕ ਸਾਹਿਬ ਜੀ ਜਿਹਨਾਂ ਦਾ ਤੁਸੀਂ ਪ੍ਰਭਾਵ ਕਰ ਰਹੇ ਹੋ ਨਾ, ਉਦਮ ਪ੍ਰਕਾਸ਼ ਜਿਹਾ ਮਨਾਉਣ ਲਈ ਅਸੀਂ ਉਹਨਾਂ ਨੂੰ ਸਿੱਖਿਆ ਵੀ ਲੈਣੀ ਹੈ, ਅਸੀਂ ਕੀ ਖਾਂਦੇ ਹਾਂ। ਉਹਨਾਂ 83 ਲੱਖ ਜੂਨ ਦਾ ਖਾਣਾ ਦੱਸ ਦਿੱਤਾ ਹੈ, ਇੱਕ ਮਾਸਾਹਾਰੀ ਇੱਕ ਤਿੰਨ ਖਾਏ, ਮਾਸਾਹਾਰੀ ਜਾਂ ਬਾਬੂ ਜਾਣਦੇ ਤੁਸੀਂ ਦੇਖੇ ਹੋਣਗੇ, ਉਹ ਮਾਸ ਹੀ ਖਾਂਦੇ ਨੇ ਕਿਉਂਕਿ ਦੁੱਧ ਤੋਂ ਪਹਿਲਾਂ ਮੇਜਰ ਬਣਾਤਾ ਸਾਰੀ ਸਾਰੀ 83 ਲੱਖ ਜੂਨ ਦੀ ਖੁਰਾਕ ਲੈ ਕੇ ਦੇਤੀ ਗੁਰੂ ਗੁਰਬਾਣੀ ਦੇ ਵਿੱਚ, ਇਹਦੇ ਇੱਕ ਮਾਸਾਹਾਰੀ ਇੱਕ ਤਿੰਨ ਖਾਏ ਇੱਕ ਨਾਲ ਛੱਤੀ ਅੰਮ੍ਰਿਤ ਪਾਏ। ਆ ਮਾਣ ਸਮਾਸ ਦੇ 36 ਪ੍ਰਕਾਰ ਦੇ ਭੋਜਨ ਨੇ, ਮਾਸ ਨਹੀਂ ਹੈ, ਉਹ ਮਾਸਾਹਾਰੀ ਨੇ 10 ਲੱਖ ਦੇ ਪਿੱਛੇ ਚੱਲ ਰਹੇ, ਇੱਕ ਪੱਠੇ ਖਾਂਦੇ ਨੇ ਜਿਹੜੇ ਕਹਿੰਦੇ ਤੁਸੀਂ, ਉਹ ਤਾਂ ਜੇ ਆਪਣੇ ਅਸੂਲ ਦੇ ਰਹਿਣ ਨਹੀਂ ਕਿਉਂਕਿ ਕੁਦਰਤ ਦੇ ਹੁਕਮ 'ਚ ਚੱਲਦੇ ਨੇ ਜਾਨਵਰ ਸਾਰੇ, ਇੱਕ ਬੰਦਾ ਹੀ ਆ ਜਿਹੜਾ ਅਸੂਲ ਤੋੜਦਾ ਹੈ, ਇਸੇ ਲਈ ਇਹਨੂੰ ਐਡਾ ਵੱਡਾ ਗਿਆਨ ਦਿੱਤਾ ਹੈ, ਹੋਰ ਕਿਸੇ ਜਾਤੀ ਨੂੰ ਇਹ ਗਿਆਨ ਨਹੀਂ ਹੈ। 83 ਲੱਖ ਜੂਨ ਆ ਜਿਹੜਾ ਗਿਆਨ ਸਾਡੇ ਲਈ,
ਪਿਤਾ ਦਾ ਗਿਆਨ, ਬ੍ਰਹਮ ਦਾ ਗਿਆਨ ਇਹ ਸਾਨੂੰ ਹੀ ਹੈ ਕੇਵਲ, ਕਿਉਂਕਿ ਬੰਦਾ ਇਹ ਸੂਰ ਤੋੜਦਾ ਹੈ। ਉਹਨੇ ਦੱਸਿਆ ਜੇ ਮਾਸ ਵਾਲੇ ਨੂੰ ਤੁਸੀਂ ਬੰਨ ਲਓ, ਪਿੰਜਰੇ 'ਚ ਪਾ ਲਓ, ਉਹਦੇ ਅੱਗੇ ਪੱਠੇ ਸੁੱਕੀ ਜਾਓ, ਖਾਏਗਾ ਨਹੀਂ ਮਰ ਜਾਏਗਾ। ਜੇ ਤੁਸੀਂ ਪੱਠੇ ਖਾਣ ਵਾਲੇ ਨੂੰ ਬੰਨ ਲਓ, ਉਹਦੇ ਅੱਗੇ ਮਾਸ ਸੁੱਕੀ ਜਾਓ, ਮਰ ਜਾਏਗਾ, ਭੁੱਖਾ ਮਾਸ ਨੂੰ ਮੂੰਹ ਨਹੀਂ ਲਾਏਗਾ। ਇਸ ਕਰਕੇ ਉਹਨਾਂ ਨੇ ਸਾਡੀ, ਕਿਉਂਕਿ ਕਸੂਰ ਹੈ ਕੁਦਰਤ ਦਾ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਅਸੀਂ ਬੇਈਮਾਨ ਹੋ ਜਾਂਦੇ ਹਾਂ। ਇੱਥੇ ਸਾਨੂੰ ਸਮਝਾ ਦਿੱਤਾ ਕਹਿੰਦੇ ਇੱਕ ਮਾਸਾ ਹਾਰੀ, ਇੱਕ ਦਿਨ ਥਾਂ ਇੱਕ ਦਿਨ ਛੱਤੀ, ਅੰਮ੍ਰਿਤ ਪਾਏ ਇੱਕ ਮਿੱਟੀਆਂ ਨੇ ਮਿੱਟੀਆਂ ਖਾਣੀ, ਰੋਏ ਮਿੱਟੀ ਖਾਂਦੇ ਨੇ। ਹੋਰ ਵੀ ਕਈ ਜਾਨਵਰ ਜਿਹੜੇ ਮਿੱਟੀ ਚਾਹੀਦੇ ਨੇ, ਮਿੱਟੀ ਖੁਰਾਕ ਹੈ ਉਹਨਾਂ ਦੀ। ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਕਲਾ, ਮਨ ਦੀ ਖੁਰਾਕ ਨਾਮ ਹੈ। ਆਪਣੇ ਉੱਪਰੇ ਤੋਂ ਰਹਿੰਦੇ ਨੇ ਪੌਣ, ਉਹਨਾਂ ਦੀ ਖੁਰਾਕ ਪੌਣ ਹੈ, ਸੁਖਮ ਹੈ, ਉਹਨਾਂ ਦਾ ਸਰੀਰ ਨਹੀਂ, ਉਹਨਾਂ ਦੀ ਖੁਰਾਕ ਹੈ ਪੌਣ। ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਕਲਾ, ਸਾਡੇ ਮਨ ਦਾ ਜੋ ਖਾਣਾ ਹੈ ਉਹ ਨਾਮ ਹੈ, ਨਾਮ ਹਮਾਰਾ ਭੋਜਨ। ਛੱਤੀ ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਾਈ, ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਰੀ ਛੱਤ ਗਈ, ਹਰ ਨਾਮ ਹਮਾਰਾ ਵੰਡ, ਹਰ ਨਾਮ ਵਪਾਰ, ਹਰ ਨਾਮੇ ਕੀ ਹਮਕੋ ਸਭ ਕਾਰ ਕਰੇ। ਇਹ ਕਾਰ ਦੇ ਕੇ ਭੇਜਿਆ ਗਿਆ, ਜਿੱਥੇ ਗਿਰਤ ਕਰਦੇ ਨਾਲ ਵੀ ਕਾਰ ਉਹਨਾਂ ਸਾਨੂੰ ਲਾ ਦਿੱਤੀ ਹੈ, ਤੁਸੀਂ ਨਾਮ ਨਾਲ ਜਪਣਾ। ਇਸ ਕਰਕੇ ਸਾਨੂੰ ਦੱਸਣ ਲੱਗੇ ਕਿ ਤੁਹਾਡਾ ਜਿਹੜਾ ਬੋਲਣਾ ਹੈ, ਇਹ ਜਿਹੜਾ ਤੁਹਾਡਾ ਖਾਣਾ ਹੈ, ਇਹ ਜਿਹੜਾ ਤੁਸੀਂ ਚੱਲਦੇ ਹੋ ਵਾਰਡ 'ਤੇ ਆ ਜਾਂਦੇ ਨਾ, ਸਾਡੇ 'ਤੇ ਕਈ ਵਾਰੀ ਫੋਰਚੂਨਰ ਗੱਡੀ ਦੇ ਵਿੱਚ ਬੈਠੇ ਜਾਂਦੇ ਨੇ, ਕਾਰ ਭਜਾਈ ਜਾਂਦੇ ਨੇ, ਅਤੇ ਆ ਗਿਆ ਵਿਚਾਰਾ ਰਿਕਸ਼ੇ ਵਾਲਾ ਭਈਆ, ਉਹ ਖੱਡੇ ਬਹੁਤ ਲੈ ਕੇ ਉਹ ਪਰੇ ਨਹੀਂ ਹੋਇਆ, ਉਹਨਾਂ ਨੇ ਢੱਡੀ ਵਿੱਚੋਂ ਸੋਟੀ 'ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਕਹਿੰਦੇ ਲੇਖੇ ਵਾਰਡ ਚਲਾਈਏ, ਅਤੇ ਲੇਖਾ ਮਾਰ ਕੇ ਲੇਖੇ ਸੁਣ ਵੇਖਾ, ਉਦੋਂ ਸੁਣਦੇ ਅਸੀਂ ਇਹ ਸਾਗਵਾਨ ਮੇਰਿਓ, ਸਾਚੇ ਸੋਨੇ ਨੂੰ ਪਠਾਏ, ਸਾਚੇ ਸੋਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਬਾਣੀ ਸੁਣ ਰਹੀ ਸੀ ਤੇ ਅਸੀਂ ਲਿਆ ਚੁਗਲੀ ਚੁਣੀ ਜਾਂਦੇ, ਅਸੀਂ ਕੀ ਸੁਣਦੇ ਹਾਂ? ਕਹਿੰਦੇ ਦੇਖਾ ਹੋਣਾ, ਇਹ ਬਾਬਾ ਬੁੱਢਾ ਜੀ ਨੂੰ ਦੱਸ ਰਹੇ ਨੇ, ਗੁਰੂ ਨਾਨਕ ਸਾਹਿਬ ਸਾਰੇ ਕਿ ਸਾਰਾ ਕੁਛ ਦੇਖੇ ਜੇ, ਕਹਿੰਦੇ ਦੇਖਣਾ ਕੀ ਦੇਖੇ ਜੇ, ਪਾਤਰ ਜਾਂ ਰੂਪ ਨਾ ਦੇਖਿਆ ਨੇਤਰ, ਸਾਧ ਕੀ ਪੈਰ ਸੰਤ ਸੰਗ ਹੇਠ, ਕਰਨ ਨਾ ਸੁਣੀ ਕਾਹੂ ਕੀ ਨਿੰਦਾ, ਸਭ ਦੇ ਜਾਣੇ ਆਪਸ ਕੋ ਮਿਲਦਾ, ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ, ਮਨ ਦੇ ਤਰੇ ਇੰਦਰੀ ਜਿੰਦ ਪੰਜ ਲੋਕ ਤੇ ਰਹਿਤ, ਨਾਨਕ ਊਟ ਮਲੇ ਹੋ ਐਸਾ ਪਰਸ। ਜਿਹੜਾ ਰਸਾਂ ਨੂੰ ਪੜੇ ਆ ਤੁਹਾਨੂੰ ਪਰਸ ਗਿਆ, ਅਦਰਿਆਵੀ ਰਸ ਨਹੀਂ ਲੱਗੇ ਆਉਣ ਦਿੰਦਾ, ਇੱਕੋ ਹੀ ਰਸ ਹੈ ਉਹਦੇ ਕੋਲ, ਨਾਮ ਹਮਾਰਾ ਭੋਜਨ, ਮਨ ਦਾ ਉਸਾਰ ਨਾਮ ਹੈ। ਇਹ ਸਭ ਸਾਨੂੰ ਸਮਝਾ ਰਹੇ ਨੇ ਬਾਬਾ ਬੁੱਢਾ ਜੀ, ਚਲੋ ਪਹਿਲਾਂ ਹੀ ਸਮਝੇ ਸੀ ਉਹਦੇ, ਆਪਣਾ ਜੀਵਨ ਸਫਲ ਕਰ ਗਏ, ਸਫਲ ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮਿਲਤ, ਸਾਰਾ ਇਹਦਾ ਸੰਗਤ ਕੀਤੀ ਉਹਨਾਂ ਨੇ, ਆਪਣਾ ਗਮਨ ਮਤ ਕਰਕੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ। ਇਹ ਅੱਜ ਉਪਦੇਸ਼ ਆਪਣੇ ਲਈ ਸਾਧੂ ਦੇ ਰਹੇ ਨੇ, ਗੁਰੂ ਦੱਸ ਰਹੇ ਨੇ, ਸਾਰੇ ਹੀ ਉਪਦੇਸ਼ ਸਾਧੂਆਂ ਨੇ ਆਪਣੇ ਲਈ ਲੈ ਕੇ ਸਾਨੂੰ ਸਮਝਾਇਆ। ਉਹਨਾਂ ਨੂੰ ਲੋੜ ਹੀ ਨਹੀਂ ਸੀ ਉਪਦੇਸ਼ ਦੀ, ਉਹ ਤਾਂ ਪਹਿਲਾਂ ਨਵਾਜੇ ਹੋਏ ਸੀ, ਪਰ ਉਹ ਸਾਨੂੰ ਸਮਝਾ ਰਹੇ ਨੇ ਕਿ ਤੁਸੀਂ ਕਿਤੇ ਕੋਈ ਭਗਤੀ ਸਾਡੇ ਕੰਨਾਂ 'ਚ ਪੈ ਜਾਵੇ ਅਤੇ ਅਸੀਂ ਇਸ ਮਾਰਗ 'ਤੇ ਚੱਲ ਸਕੀਏ। ਸੋ ਗੁਰੂ ਕਹਿ ਰਹੇ ਹੋ ਕਿ ਲੇਖੇ ਦੇ ਵਿੱਚ ਹੋਣਾ ਹੈ ਸਭ ਕੁਛ ਸਾਡਾ, ਇਸ ਕਰਕੇ ਸਾਨੂੰ ਕਹਿੰਦੇ
ਇਹ ਨੇਤਰੋ ਮੇਰੇ ਹਰ ਤੁਮੇ ਜੋ ਧਰੀ ਹਰ ਦਿਨ ਅਵਰ ਨਾ ਦੇਖੋ ਕੋਈ ਦੋ ਹੀ ਰੂਪ ਨੇ ਦਿਖਾ ਦੇ ਇੱਕ ਆ ਜਿੱਥੋਂ ਸਵਾਸ ਲੈ ਰਹੇ ਨਿਰਗੁਣੇ ਆ ਜੇ ਸਾਹਮਣੇ ਜਿੱਥੋਂ ਸਵਾਸ ਲੈ ਰਹੇ ਜਿੱਥੋਂ ਨਿਰਗੁਣ ਗਿਆ ਦੋਵੇਂ ਰੂਪ ਸਾਡੇ ਸਾਹਮਣੇ ਆ ਸਰਗੁਣੇ ਜੋ ਦਿਸੇ ਸੋ ਤੇਰਾ ਰੂਪ ਦੋਵੇਂ ਰੂਪ ਸਾਡੇ ਸਾਹਮਣੇ ਨੇ ਦਿਖਾ ਦੇ ਇਸ ਕਰਕੇ ਸਤਿਗੁਰਾਂ ਕਿਹਾ ਨੇਤਰੋ ਮੇਰੇ ਹਰ ਤੁਮੇ ਜੋ ਧਰੀ ਹਰ ਦਿਨ ਅਵਰ ਨਾ ਦੇਖੋ ਕੋਈ ਇਹਦੇ ਜਿਸ ਸੰਸਾਰ ਤੋਂ ਦੇਖਦੇ ਇਹ ਹਰ ਦਾ ਰੂਪ ਹੈ ਰੂਪ ਨਜ਼ਰ ਨਹੀਂ ਆਇਆ ਸਭ ਘੱਟ ਮੇਰੇ ਹੋ ਸਭ ਨਾ ਅੰਦਰ ਸਭ ਨੇ ਜੋਤ ਜੋਤ ਹੈ ਸੋਏ ਜਿਸਦੇ ਚਾਨਣ ਸਭ ਨੇ ਚਾਨਣ ਹੋਏ ਪਰ ਗੁਰੂ ਦੀ ਸ਼ਬਦ ਜਾਣਾ ਜੇ ਜੋਤ ਨੂੰ ਤੁਸੀਂ ਪ੍ਰਗਟ ਕਰਨਾ ਚਾਹੁੰਦੇ ਜੇ ਪੱਕਾ ਕਿ ਦੇਖਣਾ ਚਾਹੁੰਦੇ ਕਹਿ ਰਵਿਦਾਸ ਹਾਥ ਪੈ ਮੇਰੇ ਸਹਿਜੇ ਹੋਏ ਸੋ ਪ੍ਰਗਟ ਕਦੋਂ ਹੋਏਗਾ ਜੋ ਸਹਿਜ ਰਹੇਗਾ ਮਨ ਚੌਥੇ ਪਾਤਰੇ ਵਿੱਚ ਹੈ ਤਾਂ ਸਾਹਮਣੇ ਜਾਂ ਸਾਹਮਣੇ ਸਤਿਗੁਰੂ ਨੂੰ ਦੇਖਦੇ ਨੇ ਸਾਰੇ ਸਤਿਗੁਰੂ ਨੂੰ ਸਭ ਕੋਲ ਦੇਖਦਾ ਨਾਲੇ ਤੋਂ ਸਵਾਸ ਲੈ ਰਹੇ ਨੇ ਆਪੇ ਕਰਤਾ ਕਰਦਾ ਵੇਖੇ ਦੇਣਾ ਸਾਸ ਗਿਆ ਸਤਿਗੁਰੂ ਨੂੰ ਸਭ ਕੋਲ ਦੇਖਦਾ ਦੇਖਦਾ ਜਗ ਸੰਸਾਰ ਵਿਖੇ ਮੁਕਤ ਨਾ ਹੋ ਗਈ ਟੀਚਰ ਉਹ ਨਾਮ ਜਿਸਦੇ ਨਾਲ ਸਾਡੇ ਦਿਲ ਟੁੱਟ ਗਈ ਹੈ ਉਹ ਨਹੀਂ ਬੁੱਝ ਰਹੀ ਜਦੋਂ ਟੁੱਟੀ ਗੰਢੀ ਨਹੀਂ ਜਾਂਦੀ ਉਹਦੇ ਵਿੱਚ ਸਮਾ ਕੇ ਫਿਰ ਚੌਥੇ ਪਾਸ ਜਾਣੇ ਜਿਸੂ ਕਹਿੰਦੇ ਸਹਿਜੇ ਹੋਏ ਸੋ ਹੋਈ ਸਹਿਜ ਜਦੋਂ ਜਾਏਗਾ ਉਦੋਂ ਫਿਰ ਦਰਸ਼ਨ ਹੁੰਦੇ ਨੇ ਜਿਹੜਾ ਇਹਦਾ ਨਾਮ ਪ੍ਰਗਟ ਹੋਏਗਾ ਉਹਦੇ ਵਿੱਚ ਫਿਰ ਸਮਾਵਾਂਗੇ ਅਮਰ ਦਾਸਾ ਦੇ ਮਨ ਦੀ ਕਾਰ ਮਿਲੇਗੀ ਉਦੋਂ ਫਿਰ ਉਹ ਬਰਦਾਸ਼ਤ ਲੈ ਜਾਂਦਾ ਹਰਦਿਆਂ ਨੂੰ ਹਰ ਹਰ ਉਦੋਂ ਹਰਦਿਆਂ ਨੂੰ ਮਰ ਜਾਂਦੇ ਸੀ ਹਰਦਿਆਂ ਨੂੰ ਹਰ ਹਰ ਨਾਮ ਸਮਾਣੇ ਕੀ ਹੋਏਗਾ ਦੁੱਖ ਜਨਮ ਮਨ ਉਹ ਕਹਿੰਦਾ ਅਵਨਾਸੀ ਗੁਰ ਪਾਇਆ ਪਰਮੇਸ਼ਰ ਅਸੀਂ ਆਪਣੇ ਘਰ ਪਹੁੰਚ ਗਏ ਉਹਨੂੰ ਕਹਿ ਦਿਓ ਸਾਨੂੰ ਯਕੀਨ ਨਹੀਂ ਹੈ ਚਾਹੋ ਨਹੀਂ ਹੈ ਕਰ ਮਿਹਨਤ ਕਰਦੇ ਉਹਦੇ ਲਈ ਡਾਕਟਰ ਮਿਲ ਨਹੀਂ ਕਰਦਾ ਉਹ ਜਿਹਨਾਂ ਨੂੰ ਚਾਹੋ ਆ ਗਿਆ ਨਾ ਉਹ ਫਿਰ ਕੀ ਕਰਦੇ ਨੇ ਜਿਹਦੇ ਮਨ ਚ ਆਓ ਪਿਆ ਤਾਰਾ ਆਗਮ ਸੁਣਿਆ ਤਾਂ ਸੁਣ ਵੀ ਨਹੀਂ ਜਿਹੜੀ ਹਰ ਮੰਗਲ ਨਾ ਹੋ ਸਕੀ ਵਾਹਿਗੁਰੂ ਰਹਿ ਨੂੰ ਛੱਡਦੇ ਨਹੀਂ ਉਹ ਗ੍ਰਹਿ ਨੂੰ ਮੰਗਲ ਬਣਾ ਲੈਂਦੇ ਨੇ ਫਿਰ ਮੰਗਲ ਚੋਂ ਪ੍ਰਗਟ ਹੁੰਦਾ ਹਰ ਮੰਗਲ ਗਾਹ ਹੋ ਸਕੀ ਗ੍ਰਹਿ ਫਿਰ ਨਿਤ ਇੱਕ ਦਿਨ ਨਹੀਂ ਥੋੜ੍ਹਾ ਦਿਨ ਨਹੀਂ ਗਾਹ ਮੰਗਲ ਨਿਤ ਸਕੀ ਹੈ ਸੋ ਵੀ ਦੁੱਖ ਨਾ ਪਿਆ ਪੈ ਉਹ ਗੁਰਚਰਨ ਅੰਦਰੋਂ ਪ੍ਰਗਟ ਹੋ ਜਾਂਦੇ ਨੇ ਗੁਰਚਰਨ ਨੂੰ ਲਾ ਕੇ ਉਸ ਭਾਗਾ ਦੇ ਨਾ ਲੈ ਆਪਣਾ ਫਿਰ ਜਾ ਕੇ ਉਹਨੂੰ ਜੱਤੀ ਕਰਨਾ ਉਹਨੂੰ ਕਿਹਾ ਅਹਮਦ ਬਾਣੀ ਗੁਰੂ ਦੇ ਚਰਨਾਂ ਸਹਿਜ ਤੁਰ ਜਿੱਥੋਂ ਸਾਡੇ ਦੇ ਗੁਰੂ ਜੀ ਨਾਮ ਨਾਲ ਜੁੜ ਗਏ ਅਹਮਦ ਬਾਣੀ ਗੁਰ ਸ਼ਬਦ ਜਾਣੀ ਉਹ ਸਭ ਵਾਹਿਗੁਰੂ ਗੁਰ ਮੰਤਰ ਜਦੋਂ ਤੁਸੀਂ ਨਿਯੁਕਤੀ ਦੇ ਨਾਲ ਕਮਾਓਗੇ ਨਾ ਤੇ ਉਹ ਅਹਮਦ ਬਾਣੀ ਦੇ ਨਾਲ ਉਹ ਹਰ ਨਾਮ ਗਿਆ ਉਹਦੇ ਨਾਲ ਸਾਡੀ ਯੁਕਤੀ ਗੰਢੀ ਜਾਵੇ ਅਹਮਦ ਬਾਣੀ ਗੁਰ ਸ਼ਬਦ ਜਾਣੀ ਗੁਰੂ ਵਾਹਿਗੁਰੂ ਹਰ ਨਾਮ ਹਰ ਰਸੋ ਹੋ ਉੱਥੇ ਜਾ ਕੇ ਫਿਰ ਕਰੋ ਸਾਡੇ ਮਨ ਦੀ ਬਾਤ ਕਰੀ ਕਹੋ ਨਾਨਕ ਆਪ ਮਿਲੇ ਉਦਮ ਕਰਨਾ ਪੈਣਾ ਸਾਧੂ ਦੀ ਸੱਤ ਜਾਣਾ ਪੈਣਾ ਅਰਦਾਸਾਂ ਬੇਨਤੀ ਕਰਨੀ ਪੈਣੀ ਉਦਮ ਕਹਿੰਦੇ ਆ ਜੀ ਉਦੋਂ ਮਾਂ ਦੇ ਸੁਖੋਂ ਧਿਆਨ ਲਿਆ ਦੇਣਾ ਪ੍ਰਭੂ ਮੇਰੇ ਨਾਮ ਨੂੰ ਕਰੀ ਸੋ ਸਮਾਂ ਹੋ ਗਿਆ ਇਸ ਸਮੇਂ ਤੋਂ ਉੱਪਰ ਨਹੀਂ ਜਾਣਾ ਫਿਰ ਕੱਲ੍ਹ ਨੂੰ ਵੀ 7:30 ਵਜੇ ਹੋਏਗੀ ਇਹ ਵਿਚਾਰ ਵਿਚਾਰ ਰੋਜ਼ ਆ ਰਿਹਾ ਮੈਨੂੰ ਥੋੜ੍ਹਾ ਜਿਹਾ ਸਮਾਂ ਕੱਢ ਕੇ ਸਮਾਂ ਮਿਲਿਆ ਸ਼੍ਰੀ ਗਰੀਬ ਅਰਦਾਸ ਨੂੰ ਅਤੇ ਅੱਗੋਂ ਜਦੋਂ ਜਦੋਂ ਸਮਾਂ ਮਿਲੇਗਾ ਆਪਾਂ ਹੋਰ ਵਿਚਾਰਾਂ ਕਰਾਂਗੇ ਸੋ ਸਮਾਂ ਬੜੀ ਜਲਦੀ ਹੋ ਜਾਂਦਾ ਜਦੋਂ ਆਪਣੇ ਛੋਟੇ ਰੁਕ ਜਾਂਦੇ ਹਨ ਅਤੇ ਪਤਾ ਨਹੀਂ ਲੱਗਦਾ ਕਿ ਕੋਈ ਸਮਾਂ ਲੱਗ ਜਾਂਦਾ ਉਹ ਹੋਈਆਂ ਪ੍ਰਾਂਤਾਂ ਦੀ ਕਿਹਾ ਜੀ ਕੋਟਾਂ ਨੂੰ ਕੋਟ ਧੰਨਵਾਦ ਸਤਿਗੁਰਾਂ ਦਾ ਸਾਹਿਬ